ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਚ ਹੁਣ ਪੰਜ ਧਾਵਾਂ ਵਾਲੀ ਚੋਣਾਂ ਦਾ ਹੋ ਗਿਆ ਵੱਡਾ ਆਲਮ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਹੱਦ ਤੋ ਆ ਲੈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਪ੍ਰਾਪਤ ਜਾਣਕਾਰੀ ਸਪੰਜਾਬ ਵਿੱਚ ਹੁਣ ਪੰਜ ਰਾਜ ਦੇ ਵਿੱਚ ਪੰਜ ਰਾਜ ਸਭਾ ਚਿੱਟਾ ਤੋਂ ਚੋਣਾਂੇ ਗਏ 6 ਸਾਲ ਦੇ ਕਾਰਜਕਾਲ ਖਤਮ ਹੋਣ ਵਾਲਿਆ ਸ਼ਮਚੇਰ ਸਿੰਘ ਦੁੱਲੋ ਪ੍ਰਤਪਾਲ ਸਿੰਘ ਭਾਜਪਾ ਸ਼ਵੇਤ ਮਾਲਿਕ ਸੁਭਦੇਸ਼ ਸਿੰਘ ਠਿੰਸਾ ਰਿਲੇਜ ਗੁਜਰਾਲ ਦੇ ਸ਼ਾਮਲ ਨੇ ਜਿਨ੍ਹਾਂ ਦਾ ਕਾਰਜਕਾਲ 9 April ਨੂੰ ਪੂਰਾ ਹੋਇਆ ਜਾਏਗਾ ਉੱਥੇ ਪੰਚ ਰਾਜ ਸਭਾ ਸਿੱਟਾ ਲਈ ਚੋਣਾਂ 31 March ਨੂੰ ਕਰਵਾਈਆਂ ਜਾ ਰਹੀਆਂ ਨੇ ਪੰਚ ਰਾਜ ਸਭਾ ਮੈਂਬਰ ਦਾ ਕਾਰਜਕਾਲ ਵਾਸਤੇ ਜਿੱਥੇ ਚੋਣਾਂ ਹੋਣਗੀਆਂ ਉੱਥੇ ਇਸ ਵਾਸਤੇ ਨਾਮਜ਼ਦੀਆਂ 14 March ਨੂੰ ਪ੍ਰੀਚਨ ਗਿਆ ਜੋ ਕਿ 12 ਮਾਰਚ ਤੱਕ ਭਰੀਆਂ ਜਾ ਸਕਦੀਆਂ ਹਨ ਅਤੇ ਆਖਿਰ ਆਕ੍ਰਿਤਿਕ ਹੋਈਗੇ ਨਰਾਸਬਾ ਸੀਟਾਂ ਨੂੰ ਚੋਣ ਲੜਨ ਵਾਲੇ ਉਮੀਦਵਾਰ ਮਾਰਚ ਤੋਂ ਲੈ ਕੇ 21 ਮਾਰਚ ਤੱਕ ਆਪਣੇ ਨਾਮ ਅਜ਼ਕਦੀਆਂ ਪਾਰ ਸਕਦੇ ਨੇ ਇਹਨਾਂ ਚੋਣਾਂ ਲਈ ਹੀ ਕਰਵਾਈਆਂ ਜਾ ਰਹੀਆਂ ਹਨ ਕਿਉਂਕਿ 9 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਚੁਣੇ ਗਏ ਪੰਜ ਸੰਸਦ ਮੈਂਬਰ ਦਾ ਕਾਰਜਕਾਲ ਸਮਾਪਤ ਹੋਣ ਵਾਲਾ ਹੈ ਜੀ ਹਾਂ ਖਬਰ ਲਾਸਤ ਦੇਖਣ ਲਈ ਤੁਹਾਡਾ ਬਹੁਤ ਬਹੁਤ